ਤੁਹਾਡਾ ਸਵਾਗਤ ਹੈ ਸਾਡੇ ਯੂਟਿਊਬ ਚੈਨਲ 'ਤੇ। ਅੱਜ ਆਪਾਂ ਤੁਹਾਨੂੰ ਸੂਟ ਦੀ ਲੌਂਗ ਕਟਿੰਗ ਬਾਰੇ ਦੱਸਾਂਗੇ, ਅਤੇ ਆ ਜਾਓ ਆਪਾਂ ਦੇਖਦੇ ਹਾਂ। ਪਹਿਲਾਂ ਆਪਾਂ ਸੂਟ ਦੀ ਲੌਂਗ ਨੂੰ ਘੇਰੇ ਮੁਤਾਬਕ ਕੱਟ ਕੇ ਉਸਨੂੰ ਪ੍ਰੈਸ ਨਾਲ ਸਿੱਧਾ ਕਰਾਂਗੇ। ਸਿੱਧਾ ਕਰਨ ਤੋਂ ਬਾਅਦ, ਵਲ ਕੱਢਣ ਤੋਂ ਬਾਅਦ ਆਪਾਂ ਸੂਟ ਦਾ ਇੱਕ ਪੱਲਾ ਮਗਰਲਾ ਪੱਲਾ ਲੌਂਗ 'ਤੇ ਸਿੱਧਾ ਧਰ ਲਾਂਗੇ। ਸਹੀ ਤਰੀਕੇ ਨਾਲ ਧਰ ਕੇ ਜੋੜ ਕੇ ਫਿਰ ਆਪਾਂ ਕਟਿੰਗ ਕਰਾਂਗੇ। ਇਸ ਤਰੀਕੇ ਨਾਲ ਨਾ ਲੌਂਗ ਵਧੀਆ ਢੰਗ ਨਾਲ ਕੱਟੀ ਜਾਂਦੀ ਹੈ, ਫਾਲਤੂ ਕੱਪੜਾ ਨਹੀਂ ਰਹਿੰਦਾ। ਨਾਲ ਦਾ ਵਾਧੂ ਕੱਪੜਾ ਸੂਟ ਦੇ ਪਰਲੇ ਦੇ ਹਿਸਾਬ ਨਾਲ ਕੱਟ ਰਹੇ ਹਾਂ, ਅਤੇ ਮੋਢੇ ਦੀ ਕੱਟ ਪਾ ਦੇਵਾਂਗੇ। ਇਹ ਪਿਛਲੇ ਪੱਲੇ ਦੀ ਆ, ਅਗਲਾ ਪੱਲਾ ਇਦੋਂ ਬਾਅਦ 'ਚ ਇਹਦੇ ਉੱਪਰ ਧਰਾਂਗੇ। ਪੱਲਾ ਚੈੱਕ, ਹੁਣ ਅਗਲਾ ਪੱਲਾ ਸੂਟ ਦਾ ਅਗਲਾ ਹਿੱਸਾ ਇਸ 'ਤੇ ਸਹੀ ਤਰੀਕੇ ਨਾਲ ਧਰਾਂਗੇ। ਚਾਰੇ ਪਾਸੋਂ ਇੱਕੋ ਜਿਹਾ ਕਰਕੇ ਨਾਲ ਮਿਲਾ ਕੇ ਥੋੜ੍ਹਾ ਜਿਹਾ ਨੀਵਾਂ ਧਰ ਲਾਂਗੇ ਆਪਾਂ ਉੱਪਰੋਂ, ਅੱਧਾ ਇੰਚ ਦਾ ਫਰਕ ਹੋਵੇਗਾ। ਚਾਰੇ ਸਾਈਡਾਂ ਤੋਂ ਇੱਕੋ ਜਿਹਾ ਕਰਕੇ ਹੁਣ ਆਪਾਂ ਮੋਢੇ ਦੀ ਕਾਟ ਪਾਵਾਂਗੇ, ਅਗਲੇ ਮੋਢੇ ਦੀ ਕਾਟ ਪਾਵਾਂਗੇ ਜੋ ਥੋੜ੍ਹੀ ਜਿਹੀ ਵੱਧ ਹੁੰਦੀ ਹੈ ਪਿਛਲੇ ਮੋਢੇ ਨਾਲੋਂ। ਉੱਤੋਂ ਆਪਾਂ ਤੀਰੇ 'ਤੇ ਲਾ ਦਾਂਗੇ। ਅਤੇ ਲਾਉਣ ਤੋਂ ਬਾਅਦ ਆਪਾਂ ਹੁਣ ਲਾਉਣ 'ਤੇ ਹੀ ਪਲੋਈਆਂ ਦੇ ਨਿਸ਼ਾਨ ਲਾਵਾਂਗੇ। ਪਲੋਈਆਂ ਨੇ ਜਿੱਥੇ ਪਲੋਈਆਂ ਪੈਣਗੀਆਂ ਉੱਥੇ, ਅਤੇ 7 ਇੰਚ ਬਹੁਤ ਲੋਈ ਲੰਬੀ, ਅਤੇ 3.5 ਇੰਚ ਦਾ ਵਿੱਚ ਗੈਪ, ਮਤਲਬ 7 ਇੰਚ ਦਾ ਗੈਪ, 7.5 ਦਾ ਆਲਮੋਸਟ ਸਭ ਦਾ ਗੈਪ ਹੁੰਦਾ ਹੈ। 2 ਇੰਚ ਦਾ ਦੂਸਰੀ ਪਲੋਈ ਅਤੇ ਦੂਸਰੀ ਪਲੋਈ ਦਾ ਵਿਚਕਾਰ ਗੈਪ, ਦੇਖੋ ਤੁਸੀਂ 2 ਇੰਚ ਦਾ ਹੀ ਗੈਪ ਆ। ਪਿਛਲੀ ਸਾਈਡ ਵੀ ਆਪਾਂ ਪਲੋਈਆਂ ਨਿਸ਼ਾਨ ਲਾ ਦਾਂਗੇ। ਲਾਉਣ ਵਾਲੇ ਸੂਟ ਦੇ ਨਾ ਆਪਾਂ ਲੌਂਗ 'ਤੇ ਹੀ ਪਲੋਈਆਂ ਦੇ ਨਿਸ਼ਾਨ ਲਾਵਾਂਗੇ, ਕਿਉਂਕਿ ਆਪਾਂ ਜਦੋਂ ਲੌਂਗ ਦੀ ਸੂਟ ਨਾਲ ਜੜ ਦਾਂਗੇ ਤਾਂ ਆਪਣੇ ਕੋਲ ਪਲੋਈਆਂ ਦੇ ਨਿਸ਼ਾਨ ਦਿਖਦੇ ਰਹਿਣਗੇ, ਤਾਂ ਆਪਾਂ ਪਲੋਈਆਂ ਦੇ ਨਿਸ਼ਾਨ ਪਾ ਦੇਵਾਂਗੇ ਇਸ ਨਾਲ। ਇਹ ਆਪਾਂ ਚੱਕ ਦੇ ਨਿਸ਼ਾਨ ਲਾ ਦੇ, ਥੋੜ੍ਹਾ ਜਿਹਾ ਆਪਣੇ ਨਿਸ਼ਾਨ ਦਿੱਤੇ, ਉਹ ਘੇਰੇ ਦਾ ਆਪਣੇ ਨਿਸ਼ਾਨ ਲਾ ਦੇ। ਥੈਂਕ ਯੂ।